ਜ਼ਿੰਦਾਬਾਦ ਜੀ ਆਇਆਂ ਸਾਥੀ ਬਿਸਮਿਲ੍ਲਾ ਜੀ ਪਹਿਲਾ ਟੂਰਨਾਮੈਂਟ ਔਰ ਟੀਮਾਂ ਸਮੁੰਦਰੀ ਫੈਸਲਾਬਾਦ ਜ਼ਿਲ੍ਹਾ ਕੋਟਾ ਮੀਆਂ ਚੰਨੂ ਔਰ ਇਸ ਇਲਾਕੇ ਦੇ ਤਮਾਮ ਟੀਮਾਂ ਤਸ਼ਰੀਫ ਲੈ ਕੇ ਆਈਆਂ ਇਸ ਟੂਰਨਾਮੈਂਟ ਦੇ ਵਿੱਚ ਪਹਿਲਾ ਟੂਰਨਾਮੈਂਟ ਔਰ ਯਾਰੀ ਰਜਵਾਨ ਚਾਚੇ ਚੱਕ ਦੀ ਕਬੱਡੀ ਔਰ ਪੁਆਇੰਟ ਕਬੱਡੀ ਦਾ ਜੀ ਖਾਨ ਅਹਿਮਦ ਖਾਨ ਡਹਾ ਸਾਹਿਬ ਸਦਾ ਬਹਾਰ ਐਮ ਐਨ ਏ ਔਰ ਇਹਦੇ ਨਾਲ ਜਿਹੜਾ ਚੌਧਰੀ ਫਜ਼ਲ ਰਹਿਮਾਨ ਸਾਹਿਬ ਸਦਾ ਬਹਾਰ ਐਮ ਪੀ ਏ ਵੈਲਡ ਅਜਲਾ ਜ਼ਿੰਦਾਬਾਦ ਜੀ ਚੌਧਰੀ ਮੁਹੰਮਦ ਹੁਸੈਨ ਐਡਲ ਖੇਡ ਸਾਹਿਬ ਰਈਸ ਅਹਿਮਦ ਗਰੰਪੜਾ ਆਪਣਾ ਜੀ ਜੀ ਆਨ ਬੜੀ ਮਿਹਰਬਾਨੀ ਕਿ ਤੁਸੀਂ ਆ ਗਏ ਮੇਰੇ ਸੱਜ ਗਏ ਨੇ ਪਹਿਲੇ ਢੋਲ ਖੁਸ਼ੀ ਤੋਂ ਪੁੱਜ ਗਏ ਨੇ ਅੱਜ ਫਿਰ ਮੇਰਾ ਭੰਗੜੇ ਪਾਉਂਦਾ ਹੈ ਡਹਾ ਸਾਹਿਬ ਤੁਸੀਂ ਆ ਗਏ ਮੇਰੇ ਸੱਜ ਗਏ ਨੇ ਤਾਂ ਢੋਲ ਖੁਸ਼ੀ ਤੋਂ ਪੁੱਜ ਗਏ ਨੇ ਅੱਜ ਫਿਰ ਮੇਰਾ ਭੰਗੜੇ ਪਾਉਂਦਾ ਹੈ ਸਾਡੇ ਨੈਣ ਪਿਆਸੇ ਰੱਜ ਗਏ ਨੇ ਸਾਡੇ ਨੈਣ ਪਿਆਸੇ ਰੱਜ ਗਏ ਨੇ ਜਿਹੜਾ ਖਾਨ ਮੁਹੰਮਦ ਖਾਨ ਦਾ ਐਮ ਐਲ ਏ ਚੌਧਰੀ ਸਹਿਬ ਅਡੋਲ ਖੇਡ ਔਰ ਜਿਹੜਾ ਇਹਦੇ ਨਾਲ ਆਉਣ ਵਾਲੇ ਤਮਾਮ ਮਹਿਮਾਨ ਜਨ ਇਸ ਤਰ੍ਹਾਂ ਸਾਡੇ ਚੌਧਰੀ ਅੰਮ੍ਰਿਤ ਸਾਹਿਬ ਇਸਲਾਮਾਬਾਦ ਵਾਲੇ 500 ਰੁਪਏ ਇਨਾਮ ਦੇ ਰਹੇ ਹਨ ਸਰ ਬੜੀ ਮਿਹਰਬਾਨੀ ਨਾਲ ਜ਼ਿੰਦਾਬਾਦ ਖੇਡ ਮੈਦਾਨ ਹਰ ਸ਼ਿਕਾਰ ਬਣਿਆ ਹੋਇਆ ਸਾਹਮਣੇ ਪ੍ਰਜਾ ਕਬੱਡੀ ਮੰਡਲ ਲਾਗਾ ਜੀ ਨੌਜਵਾਨ ਖਾਨ ਸਰਪ੍ਰਸਤ ਵਾਲਾ ਟੂਰਨਾਮੈਂਟ ਕਮੇਟੀ ਜਿਹੜਾ ਦੂਜੇ ਦਿਨ ਚੌਧਰੀ ਮੁਹੰਮਦ ਹੁਸੈਨ ਸਾਹਿਬ ਐਡ ਵਿਕੇਟ ਸਾਡੇ ਵਾਲੇ ਭਾਈ ਜ਼ਹੂਰ ਸਾਹਿਬ ਵਾਲਾ ਮੇਰੇ ਵਾਸਤੇ ਆਪ ਜੀ ਬੜੀ ਮਿਹਰਬਾਨੀ ਸਾਡਾ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਵਾਲਾ ਜਿਹੜਾ ਚੀਫ ਆਰਗਨਾਈਜ਼ਰ ਟੂਰਨਾਮੈਂਟ ਕਮੇਟੀ ਸਾਹਿਬ ਜਲਦੀ ਜਲਦੀ ਚੇਂਜ ਕਰ ਲਓ ਯਾਰ ਜਲਦੀ ਅਗਲਾ
ਅਗਲੀ ਕਬੱਡੀ ਟੂਰਨਾਮੈਂਟ ਮਾਡੀ ਗਿੱਲ ਤਿੰਨਾਂ ਸਾਲਾਂ ਬਾਅਦ ਕਬੱਡੀ ਵਿੱਚ ਵਾਪਸੀ ਹੋਈ ਇਸ ਮੁੰਡੇ ਦੀ ਪੰਜਾਬ ਦਾ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲਾ ਬੰਦਾ ਬੇਟਾ ਦੀ ਕਬੱਡੀ ਵਿੱਚ ਇਮਰਾਨ ਮਾਡੀ ਗਿੱਲ ਔਰ ਲਾਗੇ ਬੱਚੇ ਸ਼ੇਰ ਪਾਹ ਖੁਸ਼ੀ ਬੜੀ ਰਾਜਾ ਮਨੀਤ ਜਾਨੇ ਜੱਟ ਜੱਟ ਤੇ ਰਾਜਾ ਦੋਨੋਂ ਬੱਬਰ ਸ਼ੇਰ ਬੱਲੇ 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 ਆਏ ਹਾਏ ਸਕੈਰ ਦੇ ਜੱਟ ਦੇ ਸਮਾਂ
ਸਤੰਬਰ ਦੇ ਵਿੱਚ ਉਹਦੀ ਜਿਹੜਾ ਹੈ ਕਰਾਇਆ ਜਾਏਗਾ, ਜੁਲਾਈ ਦੇ ਵਿੱਚ ਡੇਟ ਅਨਾਊਂਸ ਕਰ ਦਿੱਤੀ ਜਾਏਗੀ।